ਅਸਲਾਮ ਅਲੈਕੁਮ ਦੋਸਤੋ, ਇਹ ਬਾਲਡ ਸਭ ਨਜ਼ਰ ਆਉਂਦਾ ਪਿਆ ਸੀ, ਚੱਕ ਵੀ ਬੜਾ ਮਰੇ ਨੇ। ਇੱਕੋ ਸਾ ਗੋਦ ਗਿਣ ਗਿਦੇ ਆਪਣੇ, ਇੱਕੋ ਜਰਸਾ ਪਹਿਲੇ ਡੱਠਾ ਆਈ, ਇਹ ਜਿਹੜੇ ਸਾਹਮਣੇ ਖੱਜੀ ਨਜ਼ਰ ਆਉਣੀ ਪਈ ਤੁਹਾਨੂੰ, ਇਹਨੂੰ ਤਾਂ ਇਹਨਾਂ ਘੋਂਸਲਾ ਆਈ ਅਤੇ ਬੱਚਾ ਆਈ ਛੋਟਾ, ਇਹ ਅੰਧਾਰੀ ਆਈ ਹੈ ਬਹੁਤ ਸ਼ਦੀਦ, ਉਹਦੇ ਵਿੱਚ ਡੱਠੇ ਕੋਈ ਡੈਮੇਜ ਠੀਕ ਹੈ, ਕੋਈ ਜ਼ਖਮੀ ਠੀਕ ਹੈ। ਹੁਣ ਇੱਕੋ ਸਾ ਪਕੜੇਂਦੇ ਵੀ ਹੈ ਤਾਂ ਛੁੜੇਂਦੇ ਵੀ ਹੈ, ਵਾਲੇ ਸਾਰੇ ਘਰ ਵਾਲਾਂ ਦੇ। ਇਹ ਵਜ੍ਹਾ ਕਿਆ ਹੈ? ਥੋੜ੍ਹਾ ਜਿਹਾ ਡੈਮੇਜ ਹੈ, ਇੱਕੋ ਸਾ ਆਪਣੀ ਗੋਦ ਵੀ ਦੇਖਣੇ, ਇਹਦੀ ਦੇਖਭਾਲ ਵੀ ਕਰਾਉਂਦੇ ਪਏ, ਕੋਈ ਗੋਸ਼ਤ ਵੀ ਖਵੇਂਦੇ ਹੈ, ਇਹਦੀ ਸਾਰੀ ਦੇਖਭਾਲ ਅਸਾਂ ਕਰਵਾਉਂਦੇ ਹਾਂ। ਲੇਕਿਨ ਇਹ ਸਾਗੂ ਕੱਪੇਂਦਾ ਹੈ, ਇਹ ਚੱਕ ਮਰੇਂਦੇ, ਬਹੁਤ ਜ਼ਿਆਦਾ ਜ਼ਬਰਦਸਤ ਕਿਸਮ ਦਾ ਖਤਰਨਾਕ ਪਰਿੰਦਾ ਹੈ, ਨਜ਼ਰ ਆਉਂਦਾ ਪਿਆ ਸੀ ਤੁਹਾਨੂੰ, ਗੋਸ਼ਤਖੋਰ ਅਤੇ ਸ਼ਿਕਾਰੀ ਪਰਿੰਦਾ ਹੈ। ਲੇਕਿਨ ਇੱਕੋ ਸਾ ਅੱਜ ਛੁੜੇ ਸੁਣਾ, ਇਹ ਵੱਲ ਵੀ ਸਵੇਰੇ ਬਈ ਦੀਵਾਰ ਇਹ ਸਾਰੇ ਘਰ ਆਵੇ ਸੀ, ਵੱਲ ਸਾਰੀ ਦੀਵਾਰ 'ਤੇ ਬੈਠਾ ਹੋ ਸੀ, ਸਾਰੇ ਜਾਮਨ ਦੇ ਦਰਖਤ ਦੇ ਉੱਤੇ ਬੈਠਾ ਹੋ ਸੀ, ਇਹ ਸਾਰਾ ਘਰ ਨਹੀਂ ਛੁੜੇਦਾ, ਕਿਉਂਕਿ ਅਸਾਂ ਇਹਦੇ ਨਾਲ ਥੋੜ੍ਹੀ ਬਹੁਤ ਮੁਹੱਬਤ ਕੀਤੀ, ਇਹਦੇ ਨਾਲ ਪਿਆਰ ਕੀਤੇ। ਲੇਕਿਨ ਵੱਤ ਵੀ ਇਹ ਪਟੇ ਦਾ ਬੜਾ ਜ਼ਬਰਦਸਤ ਕਿਸਮ ਦਾ, ਦੇਖੋ ਇਹ ਚੱਕ ਮਰੇ ਸੀ, ਜ਼ਾਲਮ ਕਿਸਮ ਦਾ ਰਿਠੇ, ਇਹ ਬੜਾ ਸ਼ਿਕਾਰੀ ਹੈ। ਹੁਣ ਕੋਈ ਦੋਸਤ ਆ ਦੇਣ ਕਿ ਇਹ ਜਿਹੜਾ ਨਾ ਸੀ ਬਾਜ਼ ਹੈ, ਮੈਂ ਕੋਈ ਬਾਜ਼ ਲੱਗਦਾ ਤਾਂ ਨਹੀਂ ਕਹੀਂ ਪਾਸੋ, ਲੇਕਿਨ ਅਸਾਂ ਹੀ ਕੋਈ ਪਾਲੀ ਪਏ ਹੈ, ਇਹਦੀ ਦੇਖਭਾਲ ਹੀ ਕਰੇ, ਕੋਈ ਛੁੜੇਂਦੇ ਹੈ ਵਲਾ ਵੀ ਇਹ ਸਾਰੇ ਘਰ ਆਵੇਂਦੇ, ਇਹ ਕੋਈ ਛੁੜੇ ਸੋ ਅਸਾਂ, ਇਹ ਉੱਡੀ ਗਏ ਸੀ, ਇਹ ਦੇਖੋ ਉੱਡਦਾ ਵੀ ਹੈ, ਇਹ ਜ਼ਖਮੀ ਸੀ ਆ ਵਧੇ, ਇੱਕ ਪਾਸੋਂ ਜ਼ਖਮੀ ਹੈ, ਇਹਦਾ ਪਰ ਥੋੜ੍ਹੇ ਜਿਹੇ ਡੈਮੇਜ ਹੈ, ਪਰ ਆ ਦਿਲ ਬਰੋ ਪਰ ਡੈਮੇਜ ਸੀ ਆ ਪੈਸੀ, ਇਹ ਵਜ੍ਹਾ ਕੋਲ ਇਸ ਦਾ ਉੱਡੀ ਨਹੀਂ ਸਕਦਾ, ਉੱਡਦੇ ਤਾਂ ਥੋੜ੍ਹਾ ਉੱਡੀ ਕੇ ਵੱਲ ਬਹਿ ਰਹੇ ਨੇ। ਜਿਹਲੇ ਫੁੱਲ ਤਿਆਰ ਥੀ ਵੇ ਸੀ, ਇਨਸ਼ਾਲਾ ਉੱਡਣ ਦਾ ਕਾਬਿਲ ਥੀ ਵੇ ਸੀ, ਤਾਂ ਵੱਲ ਅਸਾਂ ਇੱਕ ਇਨਸ਼ਾਲਾ ਛੋੜ ਦੇ ਸੂੰ, ਇੱਕ ਆਜ਼ਾਦ ਕਰ ਦੇ ਸੂੰ, ਹਾਲ ਹੀ ਫਿਲਹਾਲ ਇਹ ਉੱਡ ਹੀ ਨਹੀਂ ਸਕਦਾ, ਇਹ ਵਧਾ ਰਹੇ ਪੈਂਦੇ ਇਵੇਂ ਜਾਨਵਰਾਂ ਦੇ ਨਾਲ, ਬੜੇ ਮੁਰਗੇ ਦੇ ਨਾਲ ਲੜਾਈ ਝਗੜਾ ਕਰੇ ਸੀ, ਸਾਰੇ ਬੱਕਰੇ ਨਾਲ ਉੱਡਿਆ ਆਪਣੇ, ਇਹਦੇ ਨਾਲ ਵੀ ਬੜਾ ਠੂੰਗੇ ਠੂੰਗੇ ਮਰੇ ਨੇ। ਫਿਲਹਾਲ ਇਹਦੀ ਪੁਜ਼ੀਸ਼ਨ ਉੱਡਣ ਦੀ ਹੀ ਆ, ਇਹ ਸਾਰੇ ਬੱਕਰੇ ਨਾਲ ਭਿੜਦਾ ਲਾਜ਼ਮੀ ਹੈ, ਇਹਦੇ ਨਾਲ ਬੜਾ ਭਿੜਦੇ ਲੜਦੇ, ਕੱਲ੍ਹ ਕੋ ਵਲਾ ਸਾਰੇ ਘਰ ਆਵੇ ਸੀ, ਹੁਣ ਭਾਵੇਂ ਉੱਡਦਾ ਵੇਂਦੇ ਵੇਂਦਾ ਪੈਣਾ, ਇਹ ਕੱਲ੍ਹ ਕੋ ਵੱਧ ਸਾਰੇ ਘਰ ਹੋ ਸੀ, ਇਹ ਕੋ ਅਸਾਂ ਖਵੇਂਦੇ ਪਿਲੇਂਦੇ ਵੀ ਪੈ, ਇਨਸ਼ਾਲਾ ਇੱਕੋ ਆਪਣੀ ਗੋਦਗੀ ਦੀ ਪੈ, ਜਿਹਲੇ ਬਿਹਤਰ ਥੀ ਵੇ ਸੀ ਇਨਸ਼ਾਲਾ ਇੱਕੋ ਆਜ਼ਾਦ ਕਰਦੇ ਸੀ। ਆਲਰੇਡੀ ਪਰਿੰਦੇ ਦਾ ਸ਼ੌਕ ਹੈ ਸਾਕੂ, ਇਹ ਸਾਰਾ ਮਿੱਠੂ ਬੈਠੇ ਥੀ ਆ, ਇਹ ਆਪਣਾ ਜਿਹੜਾ ਇਹਦਾ ਡਰਬਾ ਹੈ ਨਾ ਸਹੀ, ਇਹਦਾ ਜਿਹੜਾ ਹੋਮ ਹੈ, ਇੱਥੋਂ ਨਜ਼ਰ ਆਉਂਦਾ ਪਿਓ ਸੀ ਇਹਦਾ ਘਰ, ਇਹ ਆਪਣੇ ਆਪ ਹੀ ਕੋਈ ਖੋਲ੍ਹ ਕੇ ਵੀ ਇਹਦੇ ਵਿੱਚ ਵੜ ਵੇਂਦੇ, ਹੁਣ ਇਹ ਵੜਨ ਵਾਸਤੇ ਬੇਤਾਬ ਥੀ ਆ ਬੈਠੇ ਵੇ, ਇਹ ਦਿਖਾਇਆ ਹੁਣ ਮੈਂ ਇਹਦਾ ਇਹ ਖੁੱਲ੍ਹਣਾ ਪਿਆ ਨਾ ਕੇਜ ਇਹਦਾ ਡਰਬਾ, ਤਾਂ ਇਹ ਹੁਣੇ ਹੀ ਇਹਦੇ ਵਿੱਚ ਆਪਣੇ ਆਪ ਭੱਜ ਕੇ ਵੜ ਵੇ ਸੀ, ਇਹ ਦੇਖੋ ਇਹ ਹੁਣੇ ਆ ਸੀ, ਇਤਨਾ ਬਾਹਰੋਂ ਖੁਸ਼ ਨਹੀਂ ਥੀਂਦਾ ਜਿਤਨਾ ਆਪਣੇ ਡਰਬੇ ਦੇ ਵਿੱਚ ਬਹਿ ਕੇ ਖੁਸ਼ ਥੀਂਦੇ ਵੇ, ਇਹ ਦੇਖੋ ਆਪਣੇ ਆਪ ਇਹ ਵੜ ਗਏ, ਇਹ ਹੁਣ ਆਪਣੇ ਡਰਬੇ ਦੇ ਵਿੱਚ ਵੜ ਗਏ, ਇਹ ਤਾਂ ਨਜ਼ਰ ਆਉਂਦਾ ਪਿਆ ਸੀ, ਹੁਣ ਡਰਬੇ ਦੇ ਵਿੱਚ ਵੜ ਗਏ, ਇਹਦੀ ਤਾਕੀ ਬੰਦ ਕਰੇ ਸੋ ਇਹ ਵੱਲੋਂ, ਇਤਨਾ ਬਾਹਰ ਖੁਸ਼ ਨਹੀਂ ਥੀਂਦਾ ਸਾਰਾ ਮੀਆਂ ਮਿੱਠੂ, ਜਿਹੜਾ ਅੰਦਰ ਖੁਸ਼ ਥੀਂਦੇ ਆਪਣੇ ਕੇਜ ਦੇ ਵਿੱਚ, ਬਸ ਆਦਤ ਥੀ ਗਈ ਨਾ ਗੁਲਾਮੀ ਦੀ, ਅੰਦਰੋਂ ਠੱਕੀ ਜਾਣ ਦੀ, ਇੱਕ ਇਹ ਮਹਿਸੂਸ ਥੀਂਦੇ ਕਿ ਮੇਰਾ ਆਪਣਾ ਘਰ ਹੈ, ਇਹ ਆਪਣੇ ਘਰ ਦੇ ਇਲਾਵਾ ਕਿ ਨਹੀਂ ਹੱਲਦਾ ਕਹਿ ਨਹੀਂ, ਹਾਲਾਂਕਿ ਛੁੱਟਾ ਵਧਾ ਰਹੇ ਨੇ, ਇਹ ਕੁਛ ਆਜ਼ਾਦ ਕਰ ਲੈਂਦੇ ਬਾਹਰੋਂ ਨਿਕਤਾ ਵਧਾ ਰਹੇ, ਲੇਕਿਨ ਨਹੀਂ ਇਹ ਆਪਣੇ ਇਹੀ ਕੇਜ ਦੇ ਵਿੱਚ ਰਹਿਣ ਦਾ ਆਦੀ ਥੀ ਗਏ, ਇਹ ਵੀ ਚੱਕ ਸ਼ੱਕ ਮਰੇ ਨੇ, ਇਹ ਦੇਖੋ
ਲੇਕਿਨ ਇਹ ਬੜਾ ਇੱਥੇ ਇਹੀ ਆਪਣੇ ਕੇਸ ਦੇ ਵਿੱਚ ਖੁਸ਼ ਹੈ ਕਿਉਂਕਿ ਗੁਲਾਮੀ ਦੀ ਆਦਤ ਠੀਕ ਹੀ ਹੈ, ਆਜ਼ਾਦੀ ਇਸ ਉਹਦੇ ਠੀਕ ਹੈ ਨਹੀਂ, ਬਚਪਨ ਕੋਲੋਂ ਛੋਟਾ ਜਿਹਾ ਆਏ ਤਾਂ ਇਹਦੇ ਵਿੱਚ ਆਏ।